ਦਾ ਫਿਲਮ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਬੈਠੇ ਆ ਇੱਕ ਇਹੋ ਜਿਹੇ ਸ਼ਖਸ ਜਿਨ੍ਹਾਂ ਨੇ ਆਪਣੀ ਸ਼ੁਰੂਆਤ ਕੀਤੀ ਸੀ ਜੱਟ ਦੀ ਅਕਲ ਗਾਣੇ ਤੋਂ। ਅਕਲ ਨੂੰ ਆਪਾਂ ਸੋਚ ਅਤੇ ਸਮਝ ਵੀ ਕਹਿ ਸਕਦੇ ਹਾਂ, ਅਤੇ ਟਾਈਮ ਦੇ ਨਾਲ ਨਾਲ ਹੌਲੀ ਹੌਲੀ ਇਹਨਾਂ ਨੇ ਆਪਣੇ ਦਰਸ਼ਕਾਂ ਦੀ ਸੋਚ ਆਪਣੇ ਗਾਣਿਆਂ ਦੇ ਰਾਹੀਂ ਬਦਲ ਦਿੱਤੀ ਹੈ, ਅਤੇ ਹੁਣ ਇਹ ਸਾਡੇ ਸਾਹਮਣੇ ਇੱਕ ਯਾਰੀ ਦੀ ਨਵੀਂ ਸੋਚ ਲੈ ਕੇ ਆ ਰਹੇ ਨੇ। ਸਾਡੇ ਨਾਲ ਬੈਠੇ ਨੇ ਰਣਜੀਤ ਬਾਵਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਦਾ ਫਿਲਮ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਪਹਿਲੇ ਤਾਂ ਕੋਂਗਰੈਚੁਲੇਸ਼ਨ ਤੁਹਾਨੂੰ ਕਿ ਤੁਹਾਡੀ 400 ਵੀ ਰਿਟਰਨ ਤੋਂ ਬਾਅਦ ਆ ਮੂਵੀ ਆ ਰਹੀ ਹੈ, ਹਾਈ ਐਂਡ ਯਾਰੀਆਂ। ਅਤੇ ਜੇ ਇਸ ਮੂਵੀ ਦੀ ਗੱਲ ਕਰੀਏ ਤਾਂ ਸਾਡੇ ਦਿਮਾਗ 'ਚ ਨਾ ਯਾਰੀ ਨੂੰ ਲੈ ਕੇ ਅਲੱਗ ਅਲੱਗ ਕੋਨਸੈਪਟ ਹੁੰਦੇ ਆ, ਅਤੇ ਜਦੋਂ ਆ ਕੋਨਸੈਪਟ ਤੁਹਾਡੇ ਮੂਹਰੇ ਪਹੁੰਚਿਆ, ਤੁਹਾਡੇ ਅੱਗੇ ਆਇਆ, ਅਤੇ ਫਿਰ ਕਿਹੜਾ ਪਹਿਲਾ ਯਾਰ ਸੀ ਜਿਹਦਾ ਨਾਮ ਤੁਹਾਡੇ ਦਿਮਾਗ 'ਚ ਆਇਆ? ਨਹੀਂ, ਇੱਦਾਂ ਕਦੇ ਵੀ ਨਹੀਂ ਸੋਚਿਆ ਜਾਂਦਾ ਕੋਈ ਕੋਨਸੈਪਟ ਲੈ ਕੇ ਆਵੇ ਤਾਂ ਤੁਸੀਂ ਉਹਨੂੰ, ਹੁਣ ਇੱਦਾਂ ਤਾਂ ਹੈ ਨਹੀਂ ਵੀ ਕੋਈ ਕਹੂਗਾ ਵੀ ਇਹਨੇ ਤੁਹਾਡੀ ਮਾਂ ਮੰਨਣ ਦੇ, ਮਾਂ ਬਾਰੇ ਸੋਚੂਗਾ। ਕੋਨਸੈਪਟ ਜਦੋਂ ਸ਼ੇਅਰ ਹੋਇਆ ਪੰਕਜ ਭਾਜੀ ਸਾਨੀ ਸਾਹਿਬ, ਜਦੋਂ ਮੇਰੇ ਨਾਲ ਇਹ ਫਿਲਮ ਦੀ ਗੱਲ ਹੋਈ ਤਾਂ ਮੈਨੂੰ ਇੱਦਾਂ ਲੱਗਿਆ ਕਿ ਯਾਰ ਮੈਂ ਨਾ ਮੈਂ ਮਲਟੀ ਸਟਾਰ ਫਿਲਮ ਨਹੀਂ ਕਰਨੀ, ਮੈਂ ਪਹਿਲਾਂ ਹੀ ਸਾਰਿਆਂ ਹੀ ਦੋ ਦੋ ਤਿੰਨ ਤਿੰਨ ਹੀ ਕੀਤੀਆਂ। ਫਿਰ ਕਰੈਕਟਰ ਸੁਣਾਇਆ ਗਿਆ, ਫਿਰ ਮੈਨੂੰ ਇੱਦਾਂ ਲੱਗਿਆ ਕਿ ਯਾਰ ਕਰੈਕਟਰ ਬਾਹਲਾ ਦੇਸੀ ਜਿਹਾ ਆ, ਪਤਾ ਨਹੀਂ ਯਾਰ ਮੈਂ ਇੱਦਾਂ ਦਾ ਹੀ ਨਾ ਕਿਤੇ ਹੈ ਨਾ ਮਤਲਬ ਲੱਗੀ ਜਾਵੇ, ਪਰ ਉਹ ਮੈਨੂੰ ਫਿਰ ਅਸੀਂ ਚਲੋ ਭਾਅ ਜੀ ਕਹਿੰਦੇ ਤੂੰ ਟਾਈਮ ਲੈ ਲਾ, ਤੂੰ ਤੈਨੂੰ ਚੱਲ ਤੂੰ ਸੋਚ ਲਾ ਫਿਰ ਇੱਕ ਵਾਰ। ਫਿਰ ਉਸ ਤੋਂ ਬਾਅਦ ਇੱਕ ਵਾਰੀ ਜਦੋਂ ਫਾਈਨਲ ਅਸੀਂ ਸਟੋਰੀ ਸੁਣੀ, ਫਾਈਨਲ ਇੱਕ ਵਾਰੀ ਕਰੈਕਟਰ ਸੁਣਿਆ ਤਾਂ ਉਹ ਬੜਾ ਵਧੀਆ ਲੱਗਿਆ, ਤਾਂ ਫਿਰ ਅਸੀਂ ਚਲੋ ਟਾਈਮ ਵੀ ਸੀਗਾ ਜੂਨ ਜੁਲਾਈ ਦੇ ਵਿੱਚ ਅਸੀਂ ਜੈਸ ਕੀਤੀ, ਤਾਂ ਵਾਕਈ ਉਹ ਜਦੋਂ ਕਰੈਕਟਰ ਮੈਂ ਕਰਨਾ ਸ਼ੁਰੂ ਕੀਤਾ ਇੰਗਲੈਂਡ, ਅਸੀਂ ਚਾਦਰੇ ਕੁੜਤੇ ਜੇ ਪਾ ਕੇ ਮੈਂ ਫਿਰਦਾ ਸੀਗਾ, ਬਾਕੀ ਨਿੰਜਾ ਜੱਸੀ ਇਹਨਾਂ ਦੀ ਤਾਂ ਬਿਲਕੁਲ ਲੁੱਕ ਰੀਸੈਂਟ ਵਾਲੀ ਆ, ਤਾਂ ਉਹ ਵਾਕਿਆ ਕਰੈਕਟਰ ਨਿਕਲਦਾ ਗਿਆ। ਫਿਰ ਪੰਕਜ ਭਾਈ ਮੈਨੂੰ ਕਹਿੰਦੇ ਦੱਸ ਹੁਣ, ਤੂੰ ਉਦੋਂ ਮਨਾ ਕਰਦਾ ਸੀ, ਮੈਂ ਕਿਹਾ ਨਹੀਂ ਭਾਜੀ ਥੈਂਕ ਯੂ ਕਿ ਵਧੀਆ ਲੱਗਿਆ। ਔਰ ਕਰੈਕਟਰ ਤੁਸੀਂ ਦੇਖੋਗੇ ਬੜਾ ਅੱਛਾ, ਉਹਦਾ ਕਰੈਕਟਰ ਦਾ ਨਾਮ ਮੰਗਾ ਆ ਫਿਲਮ ਦੇ ਵਿੱਚ, ਤਾਂ ਮੰਗਾ ਪਿੰਡ ਤੋਂ ਇੰਗਲੈਂਡ ਜਾਂਦਾ ਕਿਸੇ ਕੰਮ ਕਿਸੇ ਕਾਰਨ, ਕੀ ਉਹਦੀ ਲਾਈਫ ਦੇ ਵਿੱਚ ਉਹਨੂੰ ਕਿਉਂ ਜਾਣਾ ਪੈਂਦਾ, ਤਾਂ ਉਹਨੂੰ ਉਹ ਇੰਨਾ ਭੋਲਾ ਔਰ ਇੰਨਾ ਸਿਧਰਾ ਬੰਦਾ ਆ, ਉਹਨੂੰ ਇੱਦਾਂ ਲੱਗਦਾ ਕਿ ਯਾਰ ਲੰਡਨ 'ਚ ਤਾਂ ਪਿੰਡ ਵਾਲੀਆਂ ਚੀਜ਼ਾਂ ਹੀ ਹੈ ਨਹੀਂ, ਮਤਲਬ ਉਹਨੂੰ ਐਂ ਲੱਗਦਾ ਕਿ ਲੰਡਨ ਬੈਕਵਰਡ, ਕਿ ਪਿੰਡ 'ਤੇ ਸਾਰਾ ਕੁਝ ਸੀਗਾ, ਪਿੰਡ ਉਹ ਮੁਸਲ ਸੀਗੇ, ਫਸਲਾਂ ਸੀਗੀਆਂ, ਅਤੇ ਸਾਲਾ ਹੈ ਹੀ ਕੁਛ ਨਹੀਂ ਨਾ। ਸੋ ਉੱਦਾਂ ਦਾ ਇੱਕ ਕਰੈਕਟਰ ਆ, ਉਹ ਕਿੱਦਾਂ ਉੱਥੇ ਨਿੰਜੇ ਨੂੰ ਮਿਲਦਾ, ਨਿੰਜੇ ਥਰੂ ਉਹ ਜੱਸੀ ਨੂੰ ਮਿਲਦਾ, ਫਿਰ ਤਿੰਨੇ ਜਾਣੇ ਇੱਕ ਬੇਸਮੈਂਟ ਦੇ ਵਿੱਚ ਰਹਿੰਦੇ ਆ, ਤਾਂ ਹੌਲੀ ਹੌਲੀ ਇਹ ਇਹਨਾਂ ਦੀ ਯਾਰੀ ਦੋਸਤੀ ਪੈ ਜਾਂਦੀ ਆ, ਹੌਲੀ ਹੌਲੀ ਇੱਕ ਦੂਜੇ ਨੂੰ ਸਮਝਦੇ ਆ, ਫਿਰ ਉਹ ਦੋਸਤੀ ਦੇ ਵਿੱਚ ਕਿਸ ਤਰ੍ਹਾਂ ਦਰਾਰ ਪੈਂਦੀ ਆ, ਦਰਾਰ ਦੇ ਕਰਕੇ ਕਿੱਦਾਂ ਇਹਨਾਂ ਦੀ ਯਾਰੀ ਦੋਸਤੀ ਟੁੱਟ ਜਾਂਦੀ ਆ, ਔਰ ਉਹ ਹਾਈ ਐਂਡ ਯਾਰੀਆਂ ਜਿਹੜੀਆਂ ਫਿਰ ਕਿੱਦਾਂ ਬਿਖਰ ਜਾਂਦੀਆਂ, ਕਿੱਦਾਂ ਫਿਰ ਇਕੱਠੀਆਂ ਹੁੰਦੀਆਂ, ਬੇਸਿਕਲੀ ਉਹ ਮੂਵੀ ਸੀਗੀ। ਪਰ ਮੇਰਾ ਕਰੈਕਟਰ ਮੈਂ ਸਮਝਦਾ ਕਿ ਤੁਸੀਂ ਦੇਖੋਗੇ ਫਿਲਮ ਦੇ ਵਿੱਚ ਤਾਂ ਤੁਸੀਂ ਬਹੁਤ ਇੰਜੋਏ ਕਰੋਗੇ। ਜਿਵੇਂ ਤੁਸੀਂ ਆਪਣੀ ਕੈਰੈਕਟਰ ਦੀ ਗੱਲ ਕਰ ਰਹੇ ਹੋ, ਤਾਂ ਉਹ ਜਿਹੜੇ ਪਹਿਲੀ ਮੂਵੀ ਆਏ ਤੁਹਾਡੀ ਉਹ ਵੀ ਬੜੇ ਨੈਚੁਰਲ ਕੈਰੈਕਟਰ ਦੀਆਂ, ਅਤੇ ਹੁਣ ਵੀ ਇਸ ਮੂਵੀ 'ਚ ਨੈਚੁਰਲ ਜਿਹਾ ਕੈਰੈਕਟਰ ਹੈ, ਅਤੇ ਸਕ੍ਰਿਪਟ ਦੀ ਡਿਮਾਂਡ ਹੁੰਦੀ ਹੈ, ਤੁਹਾਡੀ ਡਿਮਾਂਡ ਹੁੰਦੀ ਹੈ ਕਿ ਹਾਂ ਮੈਂ ਆਊਟ ਆਫ ਦਾ ਬੋਕਸ ਨਹੀਂ ਕਰਨਾ, ਜਾਂ ਫਿਰ ਹਾਂ ਮੈਂ ਨੈਚੁਰਲ ਜਿਹਾ ਹੀ ਕਿਰਦਾਰ ਰੱਖਣਾ, ਮੈਂ ਬੜਾ ਹਾਈ ਫਾਈ ਲੁੱਕ ਨਹੀਂ ਅਪਣਾਊਂਗਾ ਜਾਂ ਕੁਛ? ਮੈਨੂੰ ਲੱਗਦਾ ਕਿ ਜਦੋਂ ਕੋਈ ਵੀ ਕਰੈਕਟਰ ਚੂਜ਼ ਕੀਤਾ ਜਾਂਦਾ ਨਾ, ਉਹ ਪਹਿਲੋਂ ਵਿਜ਼ਨ ਹੁੰਦਾ ਰਾਈਟਰ ਦਾ, ਅਤੇ ਉਸ ਤੋਂ ਬਾਅਦ ਹੁੰਦਾ ਡਾਇਰੈਕਟਰ ਦਾ। ਮੈਂ ਹੁਣ ਕਹਿੰਦਾ ਕਿ ਯਾਰ ਮੇਰੇ ਲਈ ਕਰੈਕਟਰ ਲਿਖੋ, ਤਾਂ ਮੇਰੇ ਇਕੱਲੇ ਲਈ ਤਾਂ ਲਿਖਿਆ ਜਾਊਗਾ, ਫਿਰ ਉਹਦੇ ਨਾਲ ਅਤੇ ਆਲੇ ਦੁਆਲੇ ਉਹਦਾ ਕੀ, ਬੇਸਿਕਲੀ ਸਟੋਰੀ ਦੀ ਡਿਮਾਂਡ ਹੁੰਦੀ ਹੈ ਕਿ ਆਹ ਕਰੈਕਟਰ ਚਾਹੀਦਾ, ਸਟੋਰੀ ਦੇ ਵਿੱਚ ਹੀ ਐਕਟਰ ਫਿੱਟ ਬੈਠਦਾ। ਸੋ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਵੇ ਆਫ ਟਾਕਿੰਗ ਆ, ਜਾਂ ਮੈਂ ਜਿੱਦਾਂ ਬੋਲਦਾ ਹਾਂ, ਜਾਂ ਮੈਂ ਜਿੱਦਾਂ ਸਟੇਜਾਂ 'ਤੇ ਬੋਲਦਾ, ਜਾਂ ਜੋ ਵੀ ਬੋਲਦਾ, ਮੈਂ ਉੱਦਾਂ ਹੀ ਫਿਲਮਾਂ 'ਚ ਕੰਮ ਕਰ ਦਿੰਦਾ, ਮੈਨੂੰ ਐਕਟਿੰਗ ਕਰਨੀ ਨਹੀਂ ਪੈਂਦੀ, ਮੈਨੂੰ ਮੇਰੇ ਕੋਲ ਐਕਟਿੰਗ ਹੋਣੀ ਵੀ ਨਹੀਂ ਆ। ਜੇ ਤੁਸੀਂ ਇਹ ਕਹੋ ਕਿ ਮੈਂ ਐਕਟਿੰਗ ਕਰਾਂ, ਤਾਂ ਮੇਰੇ ਤੋਂ ਹੋਣੀ ਵੀ ਨਹੀਂ, ਮੈਨੂੰ ਇੱਦਾਂ ਹੁੰਦਾ ਕਿ ਜਿੱਦਾਂ ਅਸੀਂ ਨੋਰਮਲ ਲਾਈਫ 'ਚ ਬੋਲਦੇ ਹਾਂ ਉਹੀ ਐਕਟਿੰਗ ਆ। ਮੈਂ ਜਦੋਂ ਮੇਰੇ ਕੋਲ ਡਾਇਲੋਗ ਆਉਂਦੇ ਆ ਵੈਨਿਟੀ ਦੇ ਵਿੱਚ, ਮੈਂ ਸੋਚਦਾ ਜੇ ਮੈਨੂੰ ਇੱਦਾਂ ਬੋਲੂੰਗਾ ਤੂੰ ਕਰਕੇ, ਹੈ ਨਾ, ਉਹ ਤਾਂ ਮੈਨੂੰ ਲੱਗੂਗਾ ਯਾਰ ਨਕਲ। ਮੈਂ ਫਿਰ ਉਹ ਸੋਚਦਾ ਕਿ ਯਾਰ ਇਹ ਗੱਲ ਮੈਂ ਪਹਿਲਾਂ ਕਿਤੇ ਕੀਤੀ ਹੋਈ ਆ, ਮੈਂ ਕਿਸੇ ਨਾਲ ਮੰਨ ਲਓ ਕੋਈ ਵੀ ਡਾਇਲੋਗ ਐਕਸ ਵਾਈ ਜੈਡ, ਤੂੰ ਯਾਰ ਤੂੰ ਗਿਆ ਨਹੀਂ ਉੱਥੇ, ਹੈ ਨਾ, ਤੂੰ ਮੈਨੂੰ ਛੱਡ ਕੇ ਆ ਗਿਆ, ਮਾੜੀ ਗੱਲ ਕੀਤੀ, ਹੈ ਨਾ, ਤਾਂ ਮੈਨੂੰ ਲੱਗਦਾ ਕਿ ਯਾਰ ਇਹਨੂੰ ਮੈਂ ਡਾਇਲੋਗ ਬੋਲੂੰਗਾ ਤਾਂ ਉਹ ਨਕਲੀ ਜਿਹਾ ਲੱਗੂਗਾ, ਅਤੇ ਤਾਂ ਮੈਂ ਨੋਰਮਲੀ ਮੈਂ ਵੈਸੇ ਵੀ ਕਹਿੰਦੇ ਹਾਂ ਵੀ ਤੂੰ ਯਾਰ ਮਾੜੀ ਕੀਤੀ, ਤੂੰ ਮੈਨੂੰ ਛੱਡ ਕੇ ਆ ਗਿਆ ਉੱਥੇ, ਹੈ ਨਾ, ਚੰਗਾ ਕੀਤਾ ਯਾਰ ਤੂੰ, ਇਹੀ ਐਕਟਿੰਗ ਆ ਨਾ, ਇਹੀ ਉਹ। ਫਿਰ ਮੈਂ ਇੱਦਾਂ ਸੋਚਦਾ ਕਿ ਇਹਨੂੰ ਮੈਂ ਇਹ ਇੱਦਾਂ ਬੋਲੂੰਗਾ ਹਾਫ ਆ, ਤਾਂ ਮੈਨੂੰ ਲੱਗਦਾ ਕਿ ਉਹ ਨੈਚੁਰਲੀ ਤੁਹਾਡਾ ਜਿਹੜਾ ਵਰਕ ਆ, ਤੁਸੀਂ ਜਦੋਂ ਐਕਟਰ ਬਣੋਗੇ ਤਾਂ ਮੈਨੂੰ ਲੱਗਦਾ ਤੁਹਾਡੇ ਕੋਲ ਐਕਟਰ ਨਹੀਂ ਬਣਿਆ ਜਾਣਾ, ਜਦੋਂ ਤੁਸੀਂ ਭੋਲੇ ਭਾਗ ਕੁਛ ਕਰ ਜਾਓਗੇ ਤਾਂ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਪਸੰਦ ਆਉਂਦਾ। ਸੋ ਮੇਰਾ ਲਾਸਟ ਟਾਈਮ ਕਰੈਕਟਰ ਜਿਹੜਾ ਸੀਗਾ 420 ਵਾਲਾ, ਉਹ ਇੱਦਾਂ ਹੀ ਸੀਗਾ,
ਸਿੱਧਾ ਜਿਹਾ ਇੱਕ ਪਿੰਡ ਦਾ, ਇਹਦੇ 'ਚ ਵੀ ਮੈਂ ਉਹ ਤੁਸੀਂ ਇਹਦੇ 'ਚ ਇੱਕ ਸੀਨ ਆ, ਬਹੁਤ ਕਮਾਲ ਦਾ ਸੀਨ ਆ, ਮੇਰਾ ਫੇਵਰੇਟ ਸੀਨ ਆ ਉਹ। ਅਸੀਂ ਤਿੰਨੋਂ ਜਾਣੇ ਫੁੱਲੀ ਡਰੰਕ ਆ ਨਾ, ਪੀਤੀ ਹੋਈ ਆ, ਮੈਂ ਵੈਜੀਟੇਰੀਅਨ ਬੰਦਾ ਬਾਏ ਬਰਥ, ਮੈਂ ਨੈਵਰ ਐਵਰ ਕਦੀ ਅੰਡਾ ਵੀ ਨਹੀਂ ਖਾਧਾ ਹੈ ਨਾ ਅੱਜ ਤੱਕ। ਤਾਂ ਮੈਨੂੰ ਸੀਗਾ ਯਾਰ, ਫਿਰ ਮੈਨੂੰ ਭਾਅ ਜੀ ਕਹਿੰਦੇ ਤੂੰ ਤਾਂ ਪਹਿਲਾਂ ਭੁੱਕੀ ਵਾਲਾ ਤਾਂ ਕਰੈਕਟਰ ਕਰਤਾ, ਸ਼ਰਾਬੀ ਦਾ ਵੀ ਕਰ ਦੇ। ਤਾਂ ਮੈਂ ਕਿਹਾ ਫਿਰ ਮੈਂ ਤਾਂ ਪਿੰਡਾਂ ਵਾਲੇ ਸ਼ਰਾਬੀ ਵੇਖੇ ਜਿਹੜੇ ਜਮ੍ਹਾਂ ਹੀ ਲਿੜਦੇ ਆ, ਹੈ ਨਾ। ਤਾਂ ਫਿਰ ਮੈਂ ਉਹ ਕਰੈਕਟਰ, ਮੈਨੂੰ ਇੱਕ ਹੁੰਦੀ ਤੁਸੀਂ ਆਵਾਜ਼ ਹੀ ਕੱਢਦੇ, ਮੈਨੂੰ ਸੀਗਾ ਕਿ ਯਾਰ ਮੈਂ ਤਾਂ ਲਿਟਣ ਵਾਲੇ ਹੀ ਵੇਖਿਆ ਸੀ ਨਾ ਪਿੰਡਾਂ 'ਚ ਸ਼ਰਾਬੀ ਜਿਹੜੇ ਵੇਖਦੇ ਆ, ਉਹ ਜਾਂ ਤਾਂ ਐਂ ਹੁੰਦੇ ਵੀ ਪੀ ਕੇ ਮੁੜ ਕੇ ਉਹਨਾਂ ਨੂੰ ਲੈਣ ਦੇ ਨਹੀਂ, ਕੋਈ ਨਹੀਂ ਹੁੰਦਾ ਦੁਨੀਆਦਾਰੀ। ਅਸੀਂ ਇੰਨਾ ਫਨ ਕੀਤਾ, ਅਸੀਂ ਨਾ ਤਿੰਨੋਂ ਜਾਣੇ ਡਰੰਕ ਦੀ ਐਕਟਿੰਗ ਕਰਦੇ ਸੀ, ਜਦੋਂ ਅਸੀਂ ਬੋਲਦੇ ਸੀ ਤਾਂ ਉੱਥੇ ਰੀਅਲ 'ਚ ਗੋਰੇ ਜਿਹੜੇ ਪੀਤੀ ਹੋਈ ਸੀ ਉਹ ਆ ਗਏ, ਫਿਰ ਉਹ ਖੱਪ ਪਾਉਣ ਲੱਗ ਗਏ। ਤਾਂ ਮੈਨੂੰ ਇੱਦਾਂ ਲੱਗਦਾ ਕਿ ਇਹ ਜਿਹੜੀ ਐਕਟਿੰਗ ਹੁੰਦੀ ਆ ਉਹ ਤੁਹਾਡੇ ਅੰਦਰ ਹੀ ਹੁੰਦੀ ਆ। ਜਾਂ ਤਾਂ ਹੁਣ ਮੈਂ ਕੋਈ ਕਲਾਸਾਂ ਨਹੀਂ ਲਈਆਂ, ਜਾਂ ਮੈਂ ਥੀਏਟਰ ਨਹੀਂ ਕੀਤਾ ਹੋਇਆ, ਉਹ ਤਾਂ ਫਿਰ ਬਿਲਕੁਲ ਇੱਕ ਉਹ ਇੱਕ ਕਲਾਸ ਹੁੰਦੀ ਕਿ ਜਿਹੜੀ ਉਹ ਜਿਹੜੀ ਥੀਏਟਰ ਵਾਲੀ ਐਕਟਿੰਗ ਉਹ ਕਲਾਸ ਆ, ਜਿਹੜੀ ਅਸੀਂ ਕਰਨੀ ਆ ਅਸੀਂ ਨੈਚੁਰਲੀ ਕਰ ਸਕਦੇ। ਜੇ ਅਸੀਂ ਉਹ ਫਿਰ ਹੌਲੀ ਹੌਲੀ ਤੁਸੀਂ ਉਸ ਕਲਾਸ ਨਾਲ ਤੁਹਾਡਾ ਕੰਟਰਾਸਟ ਹੁੰਦਾ ਜਾਂਦਾ, ਤੁਸੀਂ ਉਹਨਾਂ ਲੋਕਾਂ ਦੇ ਨਾਲ ਜਦੋਂ ਮਿਲਦੇ ਹੋ। ਸੋ ਮੇਰਾ ਕਰੈਕਟਰ ਤੁਹਾਨੂੰ ਮੈਂ ਦੱਸਿਆ ਕਿ ਬਿਲਕੁਲ ਹੀ ਸਿੱਧਰਾ ਜਿਹਾ ਕਰੈਕਟਰ। ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਜਿਹੜੀ ਐਕਟਿੰਗ ਹੈ ਉਹ ਤੁਹਾਨੂੰ ਆਉਂਦੀ ਨਹੀਂ ਹੈ, ਕਿ ਮੈਂ ਜਿਹੜਾ ਮੇਰੇ ਮਨ 'ਚੋਂ ਆਉਂਦਾ ਮੈਂ ਉਹੀ ਕਰਦਾ, ਬਟ ਦਰਸ਼ਕਾਂ ਨੂੰ ਐਵੇਂ ਨਹੀਂ ਲੱਗਦਾ। ਜੇ ਆਪਾਂ ਇੱਕ ਆਰਟਿਸਟ ਦੀ ਗੱਲ ਕਰੀਏ ਤਾਂ ਆਰਟਿਸਟ ਦਾ ਪਲੱਸ ਪੁਆਇੰਟ ਹੁੰਦਾ ਇੱਕ ਵਰਸਟੈਲਿਟੀ, ਕਿ ਹਾਂ ਉਹ ਹਰ ਇੱਕ ਕਿਰਦਾਰ 'ਚ ਨਿਭਾ ਲੈਂਦਾ ਹੈ ਅਤੇ ਹਰ ਇੱਕ ਕਿਰਦਾਰ ਬਖੂਬੀ ਨਿਭਾਉਂਦਾ। ਅਤੇ ਜੇ ਤੁਹਾਡੇ ਕੋਲ ਕੋਈ ਇਹੋ ਜਿਹੀ ਸਕ੍ਰਿਪਟ ਆਵੇ ਜਿਹੜਾ ਨੈਚੁਰਲ ਕਿਰਦਾਰ ਨਹੀਂ ਹੈ ਅਤੇ ਆਊਟ ਆਫ ਦਾ ਬੋਕਸ ਹੈ, ਤੁਸੀਂ ਉਹਨੂੰ ਨਹੀਂ ਕਰੋਗੇ? ਕੀਤਾ, ਪਹਿਲਾਂ ਮੈਂ ਤੂਫਾਨ ਸਿੰਘ ਕੀਤੀ ਸੀ, ਮੇਰੀ ਪਹਿਲੀ ਫਿਲਮ ਹੀ ਤੂਫਾਨ ਸਿੰਘ ਸੀ, ਉਹ ਬਾਇਓਪਿਕ ਸੀਗੀ। ਤਾਂ ਮੈਂ ਦੋ ਚੀਜ਼ਾਂ ਹੋ ਜਾਂਦੀਆਂ, ਇੱਕ ਹੁੰਦਾ ਕਿ ਡਾਇਰੈਕਟਰ ਨੇ ਤੁਹਾਨੂੰ ਤੁਹਾਡੇ 'ਤੇ ਛੱਡਤਾ ਕਿ ਰਣਜੀਤ ਸਿੰਘ, ਜਿੱਦਾਂ ਸ਼ਿਤੀ ਭਾਈ ਨੇ ਮੈਨੂੰ ਕਿਹਾ ਕਿ ਭਾਅ ਜੀ ਤੁਸੀਂ ਆਪਣੇ ਤਰੀਕੇ ਨਾਲ ਕਰਨਾ, ਮੈਂ ਤੁਹਾਨੂੰ ਇਹਦੇ 'ਚ ਕੋਈ ਬੌਂਡਿੰਗ ਨਹੀਂ ਹੋ। ਇੱਕ ਇਹ ਹੋ ਗਿਆ ਕਿ ਡਾਇਰੈਕਟਰ ਨੂੰ ਡਾਇਰੈਕਟਰ ਨੇ ਕੰਮ ਕਰਾਉਣਾ ਕਿ ਭਾਅ ਜੀ ਇੱਦਾਂ ਕਰਨਾ, ਦੋ ਤਰੀਕੇ ਹੋ ਗਏ। ਜਦੋਂ ਉਹ ਚੈਲੇਂਜਿੰਗ ਹੋਊਗਾ ਤਾਂ ਉੱਥੇ ਫਿਰ ਤੁਹਾਡੀ ਹੈਲਪ ਡਾਇਰੈਕਟਰ ਕਰਦਾ। ਹੁਣ ਅਸੀਂ ਤਾਰਾਮੀਰਾ ਕੀਤੀ, ਤਾਰਾਮੀਰਾ ਸਾਡੀ ਫਿਲਮ ਹੁਣ ਜਿਹੜੀ ਨੈਕਸਟ ਆਉਣੀ ਆ, ਤਾਂ ਉਹਦੇ 'ਚ ਮੇਰੇ ਕੋਲ ਜਿਹੜਾ ਕੰਮ ਕਰਵਾਇਆ ਗਿਆ ਤੁਸੀਂ ਦੇਖੋਗੇ, ਉਹ ਡਾਇਰੈਕਟਰ ਸਾਹਿਬ ਨੇ ਕਰਵਾਇਆ, ਉਹ ਬਿਲਕੁਲ ਨੈਚੁਰਲ, ਉਹ ਬਿਲਕੁਲ ਹੀ ਅਲੱਗ ਇੱਕ ਸ਼ੇਡ ਕਰੈਕਟਰ ਆ। ਤਾਂ ਉਹ ਫਿਰ ਇੱਦਾਂ ਹੁੰਦਾ ਕਿ ਫਿਰ ਤੁਸੀਂ, ਕਿਉਂਕਿ ਕੰਮ ਤਾਂ ਡਾਇਰੈਕਟਰ ਨੇ ਕਰਾਉਣਾ ਹੁੰਦਾ, ਡਾਇਰੈਕਟਰ ਸਾਹਿਬ ਨੇ ਕੀ ਦੇਖਣਾ, ਉਹਨਾਂ ਦਾ ਕੀ ਵਿਜ਼ੂਅਲ ਆ, ਕੀ ਕਰੈਕਟਰ ਦੀ ਬੋਡੀ ਲੈਂਗੁਏਜ ਆ, ਤਾਂ ਉਹ ਫਿਰ ਡਾਇਰੈਕਟਰ ਸਾਹਿਬ 'ਤੇ ਡਿਪੈਂਡ ਕਰ। ਉਹ ਕੀਤਾ ਮੈਂ ਤੂਫਾਨ ਸਿੰਘ 'ਚ ਕੀਤਾ ਸੀ, ਖਿੱਦੋ ਖੁੰਡੀ ਕੀਤੀ ਸੀ, ਉਹ ਰੋਹਿਤ ਜਗਰਾਜ ਭਾਅ ਜੀ ਨੇ ਕਰਾ ਲਿਆ ਸੀ, ਉਹ ਬਿਲਕੁਲ ਹੀ ਹਟ ਕੇ ਸੀਗੀ। ਇਹ ਮੈਨੂੰ ਇੱਦਾਂ ਲੱਗਦਾ ਕਿ ਜਿਹੜੇ ਪੇਂਡੂ ਜਿਹੇ ਕਰੈਕਟਰ ਆ ਇਹ ਥੋੜ੍ਹੇ ਈਜ਼ੀ ਆ ਮੇਰੇ ਲਈ। ਅਤੇ ਤੁਸੀਂ ਹਾਲੇ ਗੱਲ ਕੀਤੀ ਤਾਰਾਮੀਰਾ ਦੀ, ਅਤੇ ਉਸ 'ਚ ਤੁਸੀਂ ਸੰਜੇ ਦੱਤ ਦੀ ਨੀਜ਼ ਦੇ ਨਾਲ ਨਜ਼ਰ ਆ ਰਹੇ ਹੋ, ਨਾਜ਼ੀਆ ਦੇ ਨਾਲ, ਅਤੇ ਉਹਨਾਂ ਦੇ ਨਾਲ ਕੰਮ ਕਰਨ ਦਾ ਕੀ ਐਕਸਪੀਰੀਅੰਸ ਸੀ, ਅਤੇ ਉਹ ਫਿਲਮ ਸਾਨੂੰ ਕਦੋਂ ਤੱਕ ਵੇਖਣ ਨੂੰ ਮਿਲੂਗੀ? ਉਹਦਾ ਡੇਟ ਤਾਂ ਅਜੇ ਡਿਸਾਈਡ ਨਹੀਂ ਹੋਈ, ਬਟ ਇੱਦਾਂ ਹੁੰਦਾ ਕਿ ਜਿੱਦਾਂ ਹੁਣ ਮੋਸਟਲੀ ਕੁੜੀਆਂ ਨੂੰ ਪੰਜਾਬੀ ਨਹੀਂ ਆਉਂਦੀ, ਥੋੜ੍ਹਾ ਜਿਹਾ ਔਖਾ ਹੁੰਦਾ, ਥੋੜ੍ਹਾ ਟਾਈਮ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੁੰਦਾ, ਕਿਉਂਕਿ ਪੰਜਾਬੀ ਕੁੜੀ ਪੰਜਾਬੀ ਬੋਲੂਗੀ ਤਾਂ ਉਹ ਡਾਇਲੋਗ ਵੀ ਇੱਦਾਂ ਪੜ੍ਹ ਦੂਗੀ। ਫਿਰ ਇਹਨਾਂ ਦਾ ਇੱਦਾਂ ਹੁੰਦਾ ਕਿ ਕੁੜੀਆਂ ਐਕਟਰਸ ਬਹੁਤ ਅੱਛੀਆਂ, ਬਹੁਤ ਅੱਛੀ ਨਾਜ਼ੀਆ, ਬਹੁਤ ਅੱਛੀ ਐਕਟਰਸ ਆ, ਪਰ ਜਿੱਥੇ ਲੈਂਗੁਏਜ ਦਾ ਮਸਲਾ ਪੈ ਜਾਂਦਾ, ਫਿਰ ਲੈਂਗੁਏਜ ਦੇ ਚੱਕਰ 'ਚ ਵੇਟ ਕਰ ਉੱਥੇ ਕਿਤੇ ਨਾ ਕਿਤੇ ਇਹ ਪ੍ਰੋਬਲਮ ਆਉਂਦੀ ਆ। ਵੈਸੇ ਨਾਜ਼ੀਆ ਬਹੁਤ ਵਧੀਆ ਐਕਟਰਸ ਆ, ਬਟ ਉਹਦੇ ਡਾਇਲੋਗ ਯਾਦ ਕਰਾਉਣ 'ਚ ਮੈਨੂੰ ਖੁਦ ਯਾਦ ਕਰਾਉਣੇ ਪੈਂਦੇ ਸੀ, ਉਹਨੂੰ ਪੰਜਾਬੀ ਦੱਸਣੀ ਪੈਂਦੀ ਸੀ। ਅਤੇ ਕੋਈ ਪਲਾਨ ਹੈ ਬਾਲੀਵੁੱਡ 'ਚ ਜਾਣ ਦਾ, ਕਿ ਹਾਂ ਮੈਂ ਬਾਲੀਵੁੱਡ 'ਚੋਂ ਵੀ ਡੈਬਿਊ ਕਰਾਂ? ਮੈਂ ਕਦੀ ਨਹੀਂ ਸੋਚਦਾ, ਟੂ ਬੀ ਫਰੈਂਕ, ਮੈਂ ਟੱਚ ਵੁੱਡ ਕਦੀ ਵੀ ਨਹੀਂ, ਅੱਜ ਤੱਕ ਨਹੀਂ। ਮੈਂ ਸਵੇਰੇ ਉੱਠਦਾ ਹਾਂ, ਸ਼ਾਮ ਤੱਕ ਇੱਕੋ ਹੀ ਹੁੰਦਾ ਕਿ ਦਿਨ ਵਧੀਆ ਲੰਘ ਜੇ, ਕਦੀ ਇੰਨਾ ਨਹੀਂ ਸੋਚਿਆ। ਮਤਲਬ ਕਿ ਤੁਸੀਂ ਭੱਜੋ ਜਾਂ ਤੁਹਾਨੂੰ ਸਕੂਨ ਨਹੀਂ ਆ, ਜਾਂ ਤੁਸੀਂ ਨਾ ਮਤਲਬ ਸੈਟਿਸਫਾਈਡ, ਮੈਂ ਆਈ ਐਮ ਫੁੱਲੀ ਸੈਟਿਸਫਾਈਡ, ਮੈਂ ਤਾਂ ਬਹੁਤ ਸੈਟਿਸਫਾਈਡ ਹਾਂ। ਟਾਈਮ ਹੀ ਹੈ ਨਹੀਂ, ਹੁਣ ਸ਼ੋਜ਼ ਆ, ਮਾਰਚ ਤੱਕ ਸ਼ੋਜ਼ ਆ, ਮਾਰਚ ਤੋਂ ਲੈ ਕੇ ਅਗਸਤ ਤੱਕ ਵਰਲਡ ਟੂਰ ਆ, ਉਸ ਤੋਂ ਬਾਅਦ ਇੱਕ ਨੈੱਟਫਲਿਕਸ ਨਾਲ ਸੀਰੀਜ਼ ਦੇ ਕੰਮ ਚੱਲ ਰਿਹਾ, ਔਰ ਤਾਰਾਮੀਰਾ ਦਾ ਆ, ਫਿਰ ਉਹ ਅੱਗੇ ਉਹ ਆ। ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਨਹੀਂ ਬਹੁਤਾ ਸੋਚਦੇ ਤਾਂ ਕਿਤੇ ਨਾ ਕਿਤੇ ਤੁਹਾਡੇ ਲਈ ਓਪਰਚੁਨਿਟੀ ਜਿਹੜੀਆਂ ਆ ਪਾਉਂਦੀਆਂ, ਤੁਹਾਡੀ ਡਿਪੈਂਡ ਕਰਦਾ। ਤਾਂ ਜਾਂ ਫਿਰ ਤੁਸੀਂ ਬਹੁਤ ਜ਼ਿਆਦਾ ਉਸੀ ਲਈ ਜਾਂ ਲਸਟੀ ਜੀ ਹੋਵੋ, ਤਾਂ ਫਿਰ ਬੰਦਾ ਐਵੇਂ ਭਟਕਿਆ ਜਿਹਾ ਫਿਰਦਾ। ਮੇਰਾ ਇੱਦਾਂ ਦਾ ਸੁਭਾਅ ਹੈ ਨਹੀਂ। ਅਤੇ ਕੋਈ ਐਵੇਂ ਦੀ ਓਪਰਚੁਨਿਟੀ ਆਏ ਕਿ ਤੁਹਾਨੂੰ ਬਾਲੀਵੁੱਡ 'ਚ ਕੰਮ ਕਰਨ ਨੂੰ ਮਿਲੇ, ਅਤੇ ਕਿਸ ਐਕਟਰੈਸ ਦੇ ਨਾਲ, ਕਿਸ ਐਕਟਰ ਦੇ ਨਾਲ ਤੁਸੀਂ ਕੰਮ ਕਰਨਾ ਚਾਹੋ? ਕਦੀ ਨਹੀਂ ਸੋਚਿਆ, ਕਦੀ ਵੀ ਨਹੀਂ, ਅੱਜ ਤੱਕ ਨਹੀਂ। ਬਟ ਮੈਨੂੰ ਜਿਹੜਾ ਮੈਨੂੰ ਬਹੁਤ ਬੈਸਟ, ਮੈਂ ਅੱਗੇ ਵੀ ਬੜੀ ਵਾਰੀ ਬੋਲਿਆ, ਮੈਨੂੰ ਰਣਬੀਰ ਕਪੂਰ ਬਹੁਤ ਬੈਸਟ ਲੱਗਦਾ, ਮੈਨੂੰ ਉਹਦੀ ਐਕਟਿੰਗ ਬਹੁਤ ਬੈਸਟ ਲੱਗਦੀ ਆ, ਉਹ ਐਕਟਰ ਹੀ ਬਹੁਤ ਕਮਾਲ ਲੱਗਦਾ। ਜੇ ਮੇਰਾ ਦਿਲ ਕਰਦਾ ਤਾਂ ਮੈਂ ਉਹਦੇ ਨਾਲ ਕੰਮ ਕਰਨਾ ਪਸੰਦ ਕਰੂੰਗਾ।
ਤੇ ਉਹਨਾਂ ਦੀ ਵੀ ਅਸੀਂ ਕਾਫੀ ਸਾਰੀ ਯਾਰੀਆਂ ਵਾਲੀ ਮੂਵੀ ਦੇਖੀ ਜਿਵੇਂ ਯੇ ਜਵਾਨੀ ਹੈ ਦੀਵਾਨੀ ਤੇ ਤੁਹਾਡੀ ਵੀ ਇੱਕ ਯਾਰੀਆਂ ਵਾਲੀ ਮੂਵੀ ਆ ਰਹੀ ਹੈ ਤੇ ਤੁਹਾਡੇ ਜਿਹੜੇ ਕੋ ਸਟਾਰ ਨੇ ਨਿੰਜਾ ਤੇ ਜੱਸੀ ਗਿੱਲ ਆਪਾਂ ਕਾਫੀ ਸਾਰੇ ਟਾਈਮ ਦੇਖਦੇ ਕਿ ਤੁਸੀਂ ਸਨੈਪਚੈਟ ਤੇ ਇੰਸਟਾਗ੍ਰਾਮ ਤੇ ਸਟੋਰੀਜ਼ ਪਾਉਂਦੇ ਰਹਿੰਦੇ ਹੋ ਤੇ ਤੁਹਾਨੂੰ ਜਿਗਰੀ ਯਾਰ ਵੀ ਕਹਿ ਸਕਦੇ ਆ ਰੀਅਲ ਲਾਈਫ 'ਚ ਉਹਨਾਂ ਨੂੰ ਤੇ ਕੋਈ ਐਵੇਂ ਦਾ ਇੰਸੀਡੈਂਟ ਹੈ ਕੋਈ ਐਵੇਂ ਦਾ ਮੂਵਮੈਂਟ ਹੈ ਜਿਹੜਾ ਇਸ ਮੂਵੀ 'ਚ ਦਰਸਾਇਆ ਗਿਆ ਤੁਹਾਡੀ ਰੀਅਲ ਲਾਈਫ ਨੂੰ ਲੈ ਕੇ ਰੀਅਲ ਲਾਈਫ ਫਰੈਂਡਸ਼ਿਪ ਨੂੰ ਲੈ ਕੇ? ਮੈਨੂੰ ਲੱਗਦਾ ਕਿ ਦੋਸਤ ਜਿਹੜੇ ਹੁੰਦੇ ਆ ਨਾ ਜ਼ਿੰਦਗੀ ਦੇ ਵਿੱਚ, ਦੋਸਤਾਂ ਤੋਂ ਨੇੜੇ ਕੋਈ ਨਹੀਂ ਹੁੰਦਾ। ਤੁਸੀਂ ਦੋਸਤਾਂ ਨਾਲ ਉਹ ਕੁਛ ਸ਼ੇਅਰ ਕਰ ਲੈਂਦੇ ਹੋ ਜਿਹੜਾ ਤੁਸੀਂ ਆਪਣੇ ਪੇਰੈਂਟਸ ਨਾਲ ਆਪਣੇ ਰਿਲੇਟਿਵਸ ਨਾਲ ਨਹੀਂ ਕਰ ਸਕਦੇ। ਸੋ ਇਹ ਮੈਸੇਜ ਹੀ ਇੱਕ ਇੱਦਾਂ ਦਾ, ਜਦੋਂ ਅਸੀਂ ਫਿਲਮ ਕਰ ਰਹੇ ਸੀ ਤਾਂ ਫੀਲ ਹੁੰਦਾ ਸੀਗਾ ਕਿ ਯਾਰ ਵਾਕਿਆ ਦੋਸਤੀ ਜਿਹੜੀ ਆ ਉਹ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਰੱਖਦੀ ਆ। ਚੰਗੇ ਯਾਰ ਦੋਸਤ ਭਾਵੇਂ ਉਹ ਫਰੈਂਡਸ ਕੁੜੀਆਂ ਹੋਣ ਭਾਵੇਂ ਉਹ ਮੁੰਡੇ ਹੋਣ, ਜਿਹੜੇ ਚੰਗੇ ਫਰੈਂਡਸ ਆ ਉਹ ਤੁਹਾਨੂੰ ਲਾਈਫ ਦੇ ਵਿੱਚ ਬਹੁਤ ਅੱਗੇ ਵੀ ਲੈ ਜਾਂਦੇ ਆ ਅਤੇ ਮਾੜੇ ਜਿਹੜੇ ਆ ਬਹੁਤ ਪਿੱਛੇ ਵੀ ਸਿੱਟ ਦਿੰਦੇ ਆ। ਸੋ ਚੰਗੇ ਤੁਹਾਡੇ ਨਾਲ ਹਰ ਦੁੱਖ ਸੁੱਖ 'ਚ ਖੜ੍ਹਦੇ ਆ। ਇਹ ਬੇਸਿਕਲੀ ਇਹ ਫਿਲਮ ਹੀ ਅਸੀਂ ਯਾਰੀ ਦੋਸਤੀ, ਤੁਸੀਂ ਜਦੋਂ ਦੇਖੋਗੇ ਨਾ ਤਾਂ ਤੁਹਾਨੂੰ ਵਾਕਿਆ ਹੀ ਜਾਂ ਕੁਛ ਕਈ ਵਾਰੀ ਬੰਦੇ ਕੋਲ ਇਹਦੇ 'ਚ ਇੱਦਾਂ ਹੀ ਆ ਕਿ ਯਾਰ ਕਈ ਵਾਰੀ ਤੁਹਾਡੇ ਕੋਲ ਗਲਤੀ ਹੋ ਜਾਂਦੀ ਆ, ਤੁਸੀਂ ਕਾਲੇ ਪੈ ਕੇ ਕੁਛ ਉੱਦਾਂ ਦੇ ਯਾਰ ਗਵਾ ਪੈਂਦੇ ਹੋ ਜਿਹੜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਬਹੁਤ ਖਾਸ ਹੁੰਦੇ ਆ। ਤਾਂ ਇਹ ਮੈਸੇਜ ਹੀ ਉਹ ਆ ਫਿਲਮ ਦੇ ਵਿੱਚ। ਤਾਂ ਤੁਸੀਂ ਦੇਖੋਗੇ ਕਿ ਯਾਰ ਹੋ ਸਕਦਾ ਇਹ ਫਿਲਮ ਦੇਖਣ ਨਾਲ ਬਹੁਤਿਆਂ ਦੇ ਤੁਹਾਨੂੰ ਇੱਦਾਂ ਲੱਗੇ ਕਿ ਯਾਰ ਮੇਰੇ ਨਾਲ ਉਹ ਨਾਰਾਜ਼ ਹੋਇਆ। ਨਹੀਂ ਯਾਰ, ਮੈਨੂੰ ਬਣਾ ਲੈਣਾ ਚਾਹੀਦਾ। ਸਾਡੀ ਈਗੋ ਜਿਹੜੀ ਆ, ਜਦੋਂ ਤੁਹਾਡੀ ਈਗੋ ਕਲੈਸ਼ ਹੁੰਦੀ ਆ ਤਾਂ ਫਿਰ ਤੁਸੀਂ ਉੱਥੇ ਕਹਿੰਦੇ ਹੋ ਨਹੀਂ ਯਾਰ ਮੈਨੂੰ ਕੀ ਲੋੜ ਆ, ਉਹ ਨਹੀਂ ਕਰਦਾ ਮੈਂ ਕਿਉਂ ਕਰਾਂ। ਬਟ ਇਹਦੇ 'ਚ ਇਹੀ ਦੱਸਿਆ ਗਿਆ ਕਿ ਨਹੀਂ, ਜਿੱਥੇ ਤੁਹਾਨੂੰ ਲੋੜ ਆ ਤੁਹਾਨੂੰ ਉੱਥੇ ਝੁਕਣਾ ਪੈਣਾ ਚਾਹੀਦਾ। ਜਿਵੇਂ ਤੁਸੀਂ ਕਿਹਾ ਹੈ ਕਿ ਰੁੱਠ ਜਾਂਦੇ ਆ ਅਤੇ ਮਨਾ ਲੈਂਦੇ, ਆਪਾਂ ਟ੍ਰੇਲਰ ਵਿੱਚ ਵੇਖਿਆ ਹੈ ਕਿ ਤੁਹਾਡੀ ਲੜਾਈ ਹੋ ਜਾਂਦੀ ਹੈ ਅਤੇ ਤੁਸੀਂ ਵਾਪਸ ਵੀ ਇਕੱਠੇ ਆ ਜਾਂਦੇ ਹੋ, ਠੀਕ ਹੈ? ਅਤੇ ਪਹਿਲਾਂ ਲੜਾਈ ਹੋ ਜਾਂਦੀ ਹੈ, ਇਕੱਠੇ ਆ ਜਾਂਦੇ ਹੋ, ਤਾਂ ਫਿਰ ਮੂਵੀ 'ਚ ਬੱਚਿਆ ਹੀ ਕਿ ਹੁਣ ਵੇਖਣ ਕਿਉਂ ਜਾਈਏ ਬੰਦਾ ਮੂਵੀ? ਇਹੀ ਤਾਂ ਗੱਲ ਆ, ਕਿਉਂ ਲੜਦੇ ਕਿਉਂ ਆ, ਕਿਉਂ ਉਹਨਾਂ 'ਚ ਲੜਾਈ ਕਿਉਂ ਹੁੰਦੀ, ਕਿਉਂ ਕਿੱਦਾਂ ਉਹਨਾਂ ਇਹ ਇੱਕ ਚੱਕਰ ਆ। ਤੁਸੀਂ ਉਹ ਤਾਂ ਵੇਖ ਲਿਆ ਕਿ ਲੜ ਪਏ ਅਤੇ ਮੰਨ ਗਏ, ਪਰ ਉਹਦੇ ਪਿੱਛੇ ਦਾ ਉਹ ਇਕੱਠੇ ਕਿੱਦਾਂ ਹੋਏ, ਤਿੰਨੇ ਦੋਸਤ ਕਿੱਥੋਂ ਆਏ ਆ, ਕੀ ਉਹਨਾਂ ਦਾ ਪਿਛੋਕੜ ਆ, ਫਿਰ ਕਿਉਂ ਲੜੇ, ਲੜਨ ਤੋਂ ਬਾਅਦ ਉਹਨਾਂ 'ਚ ਤਿੰਨਾਂ ਜਾਣਿਆਂ 'ਚ ਕਿੱਥੇ ਗਏ ਹੋ, ਕਿੱਦਾਂ ਰਹੇ, ਕਿੱਦਾਂ ਇਕੱਠੇ ਹੋਏ, ਇਕੱਠੇ ਹੋਣ ਤੋਂ ਬਾਅਦ ਕੀ ਹੋਇਆ। ਇਹੀ ਫਿਲਮ ਜਾਂਦੇ ਜਾਂਦੇ ਇੱਕ ਪਰਿਭਾਸ਼ਾ, ਇੱਕ ਵਰਡ 'ਚ ਦੋਸਤੀ ਕੀ ਹੈ? ਦੋਸਤੀ ਮੇਰੇ ਹਿਸਾਬ ਨਾਲ ਇੱਕ ਟਰੱਸਟ ਆ ਕਿ ਜਿਹੜਾ ਤੁਸੀਂ ਕਰੋ ਤਾਂ ਤੁਹਾਡੀ ਜ਼ਿੰਦਗੀ ਚੰਗਾ ਦੋਸਤ। ਮੇਰੇ ਨਾਲ ਬੜੇ ਇੱਦਾਂ ਦੇ ਇੰਸੀਡੈਂਟ ਹੋਏ, ਮੈਂ ਬੜਾ ਟਰੱਸਟ ਕਈਆਂ 'ਤੇ ਕੀਤਾ ਬਟ ਕਈ ਨਹੀਂ ਉਸ ਚੀਜ਼ 'ਤੇ। ਦੋਸਤੀ ਸਾਰੀ ਟਰੱਸਟ 'ਤੇ ਆ, ਤੁਹਾਨੂੰ ਟਰੱਸਟ ਆ ਤਾਂ ਤੁਸੀਂ ਅਗਲੇ 'ਤੇ ਸਾਰੇ ਨਿਰਭਰ ਹੋ। ਜਿੱਦਣ ਨੂੰ ਕੋਈ ਰਾਈਟਰ ਲਿਖਦਾ ਨਾ ਕਿ ਜਿਹੜਾ ਦੋਸਤ ਆ, ਇੱਕ ਚੰਗਾ ਦੋਸਤ ਤੁਹਾਡਾ ਅੱਧਾ ਦੁਸ਼ਮਣ ਹੁੰਦਾ, ਚੰਗਾ ਦੁਸ਼ਮਣ ਹੁੰਦਾ। ਜਿੱਦਣ ਦੋਸਤੀ ਟੁੱਟੀ ਉਹ ਸਾਰਾ ਤੁਹਾਡੇ ਬਾਰੇ ਜਾਣਦਾ, ਤੁਹਾਡਾ ਨਾਲ ਅਗਲੇ ਬੰਨੇ ਉਹ ਤੁਹਾਡੇ ਲੈਵਲ 'ਤੇ ਖੜ੍ਹਾ ਹੋ ਗਿਆ। ਇਹੀ ਦੋਸਤੀ ਆ, ਦੋਸਤੀ ਟਰੱਸਟ 'ਤੇ ਆ। ਜਿੱਦਣ ਇਹ ਟੁੱਟ ਗਈ ਤਾਂ ਫਿਰ ਇੰਨੀ ਕੁ ਖਿੱਲਰ ਜਾਂਦੀ ਆ ਕਿ ਇਕੱਠੀ ਨਹੀਂ ਹੁੰਦੀ। ਸੋ ਮੇਰੇ ਹਿਸਾਬ ਨਾਲ ਦੋਸਤੀ ਜਿਹੜੀ ਆ, ਇਹ ਚੰਗੇ ਦੋਸਤ ਬਹੁਤ ਘੱਟ ਮਿਲਦੇ ਜ਼ਿੰਦਗੀ ਦੇ ਵਿੱਚ। ਪਰਮਾਤਮਾ ਸਭ ਨੂੰ ਦੇਵੇ, ਕਦੀ ਇੱਦਾਂ ਨਾ ਹੋਵੇ ਕਿ ਤੁਸੀਂ ਯਾਰਾਂ ਦੋਸਤਾਂ ਤੋਂ ਹਰਟ ਹੋਏ ਹੋ। ਪਰ ਯਾਰ ਜਿੱਥੇ ਖੜ੍ਹ ਜਾਂਦੇ ਆ ਉੱਥੇ ਕੋਈ ਖੜ੍ਹਦਾ ਵੀ ਨਹੀਂ ਫਿਰ। ਮੇਰੇ ਹਿਸਾਬ ਨਾਲ ਤਾਂ ਦੋਸਤੀ ਜਿਹੜੀ ਆ ਸਾਰੀ ਦੀ ਸਾਰੀ ਇੱਕ ਟਰੱਸਟ, ਅਤੇ ਟਰੱਸਟ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ, ਪਿਆਰ ਆ ਜਾਂਦਾ, ਰਿਸਪੈਕਟ ਆ ਜਾਂਦੀ। ਦੋਸਤਾਂ 'ਚ ਤਾਂ ਇਹ ਨਹੀਂ ਕਿ ਤੁਸੀਂ ਕਿਸੇ ਦੋਸਤ ਨੂੰ ਭਾਰੀ ਕਹਿ ਕੇ ਬੁਲਾਓ, ਦੋਸਤ ਤਾਂ ਇੱਦਾਂ ਹੁੰਦੇ ਉਹ ਇੱਕ ਗੱਲ ਸੁਣ, ਦੋਸਤੀ ਉੱਥੇ ਹੀ ਆ, ਦੋਸਤੀ ਹਾਰਦੀ ਆ। ਦੋਸਤੀ ਵੱਡੇ ਨਾਲ ਨਿੱਕੇ ਨਾਲ ਕੰਮ ਨਹੀਂ, ਦੋਸਤੀ ਹਾਰਦੀ ਆ, ਉਹ ਤੁਹਾਡਾ ਏਜ਼ਮੇਟ। ਇਸੀ ਸਾਡੇ ਨਾਲ ਰਣਜੀਤ ਬਾਵਾ ਜੀ, ਅਤੇ ਇਹਨਾਂ ਦੀ ਮੂਵੀ ਆ ਰਹੀ ਹੈ ਹਾਈ ਐਂਡ ਯਾਰੀਆਂ। ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰ, ਸਤਿ ਸ਼੍ਰੀ ਅਕਾਲ। ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ।